ਪਟਿਆਲਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਪਰਤ ਇੰਦਰ ਸਿੰਘ ਚਾਹਲ ਨੇ ਐਕਸਾਈਜ਼ ਬੈਂਕ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਉਹਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਤੇ ਭਰੋਸਾ ਰੱਖਣ ਕਿ ਉਹ ਆਪਣੇ ਹਰ ਵਾਅਦੇ ਨੂੰ ਪੂਰਾ ਕਰਨਗੇ। ਮੈਨੂੰ ਜੀ ਬੜੀ ਖੁਸ਼ੀ ਹੈ ਕਿ ਜਿਹੜੇ ਪ੍ਰਾਈਵੇਟ ਬੈਂਕਸ ਨੇ ਇਹ ਜਿੰਨੀਆਂ ਬ੍ਰਾਂਚਾਂ ਖੋਲ੍ਹ ਰਹੇ ਨੇ ਔਰ ਪੰਜਾਬ ਦੀ ਤਰੱਕੀ 'ਚ ਇਹਨਾਂ ਦਾ ਬੜਾ ਯੋਗਦਾਨ ਹੈ ਔਰ ਨਾਲ ਹੀ ਇਹ ਜਿਹੜੇ ਅਨਇੰਪਲਾਇਮੈਂਟ ਹੈ ਉਹਨੂੰ ਵੀ ਦੂਰ ਕਰ ਰਹੇ ਨੇ ਔਰ ਯੂਥ ਵਾਸਤੇ ਵੀ ਇਹਨਾਂ ਦੇ ਬੈਂਕ ਸਹਾਈ ਹੋਣ ਅਤੇ ਮੈਨੂੰ ਖੁਸ਼ੀ ਹੈ ਕਿ ਇਹਨਾਂ ਨੇ ਬ੍ਰਾਂਚ ਖੋਲ੍ਹ